खान साहब और केजरीवाल साहब सानू धरत में यकीन है, पर यकीन वाला कोई कम रह नहीं दिया। 13 महीनों च इन्हें घट्टो घट 20-22 करोड़ रुपया इन्हें कमा लिया माइनिंग कर करके चिट्टे का। नहीं तो बाबे काले हल्के तुहानू गां धूल चोट चढ़नी पऊगी। वाहेगुरू जी का खालसा, वाहेगुरू जी की फतेह। आम पार्टी का वर्कर बाबे काले हल्के तो मान साहब और केजरीवाल साहब बोल रहा। 8 साल अं मेहनत की है मान साहब केजरीवाल साहब मशीन दियाँ राखी रखते रहे हैं बाबे काले जाके मशीन दियाँ। उदो टाउन साहब भी कहते बल्ले शेरो 4 बार मैं ड्यूटी लाई है 4 बार उदो इन्होंने कोई बंदा नहीं लभदा सी ते हुण काखो नहीं। मान साहब और केजरीवाल साहब सानू धरत में यकीन है, पर यकीन वाला कोई कम रह नहीं दिया। बाकी मैं जलंधर वाले वासियों वास्ते जुड़ के बेनती करदा कि अहीं भराओ बड़ी मेहनत की थी, पर साडा ते कोई मुल नहीं पिया। साडा दलबीर सिंह टोंग दे उहदा पीए जिहड़े नाल तुरे फिरदे आ जुंडली, तीजे दिन मेरे घर पुलिस घलदे आ बलराज सिंह दे घर। इत्थों तक कि मैनू मेरे परिवार नूं पूरा खतरा वा इहनां तों, दलबीर सिंह टोंग तों, उहदे पीए तों जिहड़े नाल तुरे फिरदे आ। मैनू कुछ हुंदा जां मेरे परिवार नूं कुछ हुंदा, इहदा जिम्मेवार दलबीर सिंह टोंग उहदा पीए जिहड़े नाल तुरे फिरदे कंग होणी सारे होणगे। ਹਾਂਜੀ ਮੈਨੂੰ ਮੇਰੇ 'ਤੇ ਝੂਠਾ ਪਰਚਾ ਪਾਉਂਦੇ ਆ ਜਾਂ ਕੁਛ ਕਰਦੇ ਆ, ਕਦੀ ਕਿਤੋਂ ਪੁਲਿਸ ਘੱਲਦਾ ਵਾ ਕਦੀ ਕਿਤੋਂ ਘੱਲਦਾ ਵਾ। ਅਸੀਂ ਮਾਨ ਸਾਹਿਬ ਕੇਜਰੀਵਾਲ ਸਾਹਿਬ ਇਹ ਕਰਕੇ ਮਿਹਨਤ ਕੀਤੀ ਕਿ ਸਾਡੇ 'ਤੇ ਪੁਲਿਸ ਆਊਗੀ। 8 ਸਾਲ ਅਸੀਂ ਮਿਹਨਤ ਕੀਤੀ, ਅਸੀਂ ਤੇ ਸਾਨੂੰ ਲੋਕ ਟਿੱਚਰਾਂ ਕਰਦੇ ਆ ਕਿ ਜਿੰਨੀ ਤੁਸੀਂ ਮਿਹਨਤ ਕੀਤੀ ਉਨੀ ਤੁਹਾਡੇ ਘਰ ਜ਼ਿਆਦਾ ਪੁਲਿਸ ਆਉਣ ਡਿਆ ਪਈ ਆ। ਕਿਹਦੇ ਵਾਸਤੇ ਆਉਂਦੀ ਇਹਨੂੰ ਪੁੱਛੋ, ਚੋਰ MLA ਨੂੰ। 13 ਮਹੀਨਿਆਂ 'ਚ ਇਹਨੇ ਘੱਟੋ ਘੱਟ 20-22 ਕਰੋੜ ਰੁਪਈਆ ਇਹਨੇ ਕਮਾ ਲਿਆ ਮਾਈਨਿੰਗ ਕਰ ਕਰਕੇ ਚਿੱਟੇ ਦਾ। ਸਾਰੇ ਪਾਸੇ ਹੋਟਲਾਂ 'ਚ ਮਹੀਨੇ 2-2 ਵਾਰ ਤਾਂ ਟਿੱਪਰ ਪੈ ਗਏ ਆ, ਪਲਾਟ ਲੈ ਲਏ ਆ, 5-5 ਲਾਇਸੈਂਸ ਬਣ ਗਏ ਆ ਹਥਿਆਰਾਂ ਦੇ, ਕਈ ਕੁਛ ਹੋ ਰਿਹਾ ਵਾ, ਸੋਫੇ ਗਿਫਟ ਹੋ ਰਹੇ ਇਹਦੇ ਪੀਏ ਨੂੰ। ਹੁਣ 12-14 ਲੱਖ ਰੁਪਈਆ ਉਹਨੇ ਭਰਾ ਦੇ ਵਿਆਹ 'ਤੇ ਲਾਤਾ ਵਾ, 12-13 ਲੱਖ ਘਰ 'ਤੇ ਲਾਤਾ ਵਾ, ਬਰੈਂਡਰ ਕੱਪੜੇ ਹੋ ਗਏ ਆ, 60-70 ਹਜ਼ਾਰ ਵਾਲੇ ਫੋਨ ਹੋ ਗਏ ਆ, ਕਿੱਥੋਂ ਆ ਗਏ ਪੀਏ ਦੇ ਕੋਲ? ਕੀ ਉਹਦੀ ਕਿੰਨੀ ਕੁ ਤਨਖਾਹ ਹੋ ਗਈ ਮਾਨ ਸਾਹਿਬ ਤੇ ਕੇਜਰੀਵਾਲ? ਦੱਸੋ ਤੁਸੀਂ ਉਹਦੇ ਟੋਂਗ ਦੇ ਪੀਏ ਦੀ ਕਿੰਨੀ ਕੁ ਤਨਖਾਹ, ਉਹਦੀ ਕਿੱਥੋਂ ਰੁਪਈਆ ਆ ਰਿਹਾ ਇਹਨਾਂ ਕੋਲ? 60-60 ਲੱਖ ਦੀਆਂ ਗੱਡੀਆਂ ਘੁੰਮਣ ਡਏ ਆ, ਕਿੱਥੋਂ ਆਉਣ ਡਏ ਆ? ਇਹ ਸਿਰਫ 2 ਨੰਬਰ ਦੇ ਰੁਪਈਏ, ਭ੍ਰਿਸ਼ਟ ਮੰਤਰੀ ਹੈ 1 ਨੰਬਰ ਦਾ MLA। ਅਸੀਂ ਤਾਂ ਖੁਦ ਪਛਤਾਉਣ ਡਿਆ ਕਿ ਕਿਹੋ ਜਿਹਾ MLA ਨਾਲ ਮਿਹਨਤ ਕੀਤੀ ਆ। ਸਾਨੂੰ ਪਤਾ ਹੁੰਦਾ ਇਹੋ ਜਿਹਾ ਨਿਕਲਣਾ ਅਸੀਂ ਕਦੀ ਨਾ ਕਰਦੇ ਮਾਨ ਸਾਹਿਬ ਕੇਜਰੀਵਾਲ ਸਾਹਿਬ, ਇਹ ਤਾਂ ਸੋਚੋ ਕੁਛ ਤੁਹਾਡੇ ਘਰ ਜੁੜ ਕੇ ਬੇਨਤੀ ਕੇਜਰੀਵਾਲ ਸਾਹਿਬ, ਨਹੀਂ ਤਾਂ ਬਾਬੇ ਕਾਲੇ ਹਲਕੇ 'ਚ ਤੁਹਾਨੂੰ ਗਾਂ ਧੂਲ ਚੋਟ ਚੜਨੀ ਪਊਗੀ। ਹਾਂਜੀ ਇਹਦਾ ਨਾਂ ਤੁਸੀਂ ਕੀਤਾ ਦੇ, ਸੋਚੋ ਕੁਛ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।